हर तरह की वरायटी मिल जाएगी, सारा तिले का वर्क होता है। जुतियां एक कैमल लैदर ने तैयार की जाती है, सारिया हैंडमेड डिजाइनिंग बनाई गई, कि छोटा छोटा काम जो सारा हैंडमेड आ, सारा हैंड नाल किया गया वा। सब तो घैंट पंजाबी जुत्ती आ। ये अपने को ब्राइडल लुक्स है, ये मतलब कि मैरिज वास्ते होंगे। ये देखो है भी साड़ी अपनी ही तैयार होंगी, ये सारा बाई हैंड वर्क है। शॉप तो तुम बेस्ट क्वालिटी दी लैदर दी हैंडमेड खुद दी मैनुफैक्चर जिहड़ियां पंजाबी जुत्तियां वा मिल जुलगियां। जिहड़ा इत्थे प्राइस रेंज रेंज आ ओह दो ਸਾਡੇ ਕੋਲ ਮਤਲਬ ਕਿ ਬਾਹਰ ਦੇ ਫੋਰਨਰ ਕਸਟਮਰ ਆਉਂਦੇ ਆ, ਜਿਸ ਦੇ ਮਤਲਬ ਕਿ ਇੱਕ ਫੈਮਿਲੀ ਆਈ ਸੀ ਡੈਨਮਾਰਕ। ਅਤੇ ਹੋਟਲ ਟੂਰ ਸਾਰਾ ਤੁਹਾਨੂੰ ਮੈਂ ਦਿਖਾ ਤਾ, ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਇੱਕ ਫੇਮਸ ਪੰਜਾਬੀ ਜੁੱਤੀ ਸ਼ੋਪ ਹੈਗੀ ਆ। ਤਾਂ ਕਿ ਇੱਥੇ ਕਾਫੀ ਸਾਰੀ ਸ਼ੋਪ ਤੁਹਾਨੂੰ ਨੇਰ ਦਿਖ ਜਾਣੀ ਆ ਪੰਜਾਬੀ ਜੁੱਤੀ ਦੀ। ਮੈਂ ਆਹ ਵਾਲੀ ਸ਼ੋਪ ਤਾਂ ਚੁਣੀ ਕਿ ਆਹ ਵਾਲੀ ਸ਼ੋਪ ਦੀ ਮੈਨੂੰ ਨਾ ਫੀਚਰਸ ਬੜੇ ਵਧੀਆ ਲੱਗੇ, ਕਿ ਇੱਥੋਂ ਦੀ ਪ੍ਰਾਈਜ਼ਿੰਗ ਤੋਂ ਲੈ ਕੇ ਇੱਥੋਂ ਦੀ ਜਿਹੜਾ ਬਿਹੇਵੀਅਰ ਹੈ ਕਸਟਮਰ ਨਾਲ ਕਰਦੇ ਉਹ ਬਹੁਤ ਵਧੀਆ ਵਾ। ਹੁਣ ਤੁਹਾਨੂੰ ਮੈਂ ਇੱਥੋਂ ਦੇ ਓਨਰ ਜਾਂ ਕੋਈ ਵੀ ਇੱਥੇ ਵਰਕਰ ਦੇ ਨਾਲ ਤੁਹਾਨੂੰ ਮੈਂ ਗੱਲ ਕਰਾਊਂਗਾ, ਅਤੇ ਇਹ ਜਿਹੜੇ ਪੰਜਾਬੀ ਜੁੱਤੀ ਆ ਕਿੱਥੋਂ ਪਾਉਂਦੀ ਕਿਵੇਂ ਆ ਸਾਰੇ ਇੱਕ ਇੱਕ ਦਾ ਰਿਵਿਊ ਦਊਂਗਾ। ਅਤੇ ਚਲੋ ਅੰਦਰ ਜਾ ਕੇ ਮਿਲਦੇ ਹਾਂ। ਗਏ ਸੀ ਉਹ ਸ਼ੋਪ ਵਿੱਚ, ਜਿਹੜੀ ਸ਼ੋਪ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਸੀ, ਇਹਦਾ ਨਾਂ ਹੈਗਾ ਪ੍ਰਿੰਸ ਪੰਜਾਬੀ ਜੁੱਤੀ ਸ਼ੋਪ। ਇਹ ਵੀ ਬਿਲਕੁਲ ਹੋਟਲ ਦੇ ਸਾਹਮਣੇ ਹੀ ਆ, ਬਹੁਤ ਵਧੀਆ ਜੁੱਤੀਆਂ ਜਿੱਥੇ ਸਾਰਾ ਕੁਝ ਮਿਲ ਜਾਂਦਾ ਪੰਜਾਬੀ ਕਲਚਰ ਨਾਲ ਜਿਹੜੀ ਜੁੱਤੀਆਂ ਹੁੰਦੀਆਂ ਵਾ। ਅਤੇ ਆ ਜਾਓ ਅੱਗੇ ਗੱਲ ਕਰਦੇ ਹਾਂ। ਅਤੇ ਤੁਹਾਡੇ ਕੋਲ ਕਿਸ ਪ੍ਰਕਾਰ ਦੀਆਂ ਜੁੱਤੀਆਂ ਜਿਹੜੀਆਂ ਹੈਗੀਆਂ? ਆਪਣੇ ਕੋਲ ਹਰ ਤਰ੍ਹਾਂ ਪ੍ਰਕਾਰ ਦੀ ਜੁੱਤੀਆਂ ਮਿਲ ਜਾਂਦੀਆਂ ਨੇ। ਹਾਂਜੀ, ਬ੍ਰਾਈਡਲ ਜੁੱਤੀਆਂ ਮਿਲ ਜਾਂਦੀਆਂ ਨੇ, ਸਾਰੀ ਹੈਂਡਮੇਡ। ਇਹ ਸਾਰੀ ਫੁੱਲ ਲੈਦਰ ਦੀ ਜੁੱਤੀ ਹੁੰਦੀ ਨੇ, ਸਾਰੀ ਹੈਂਡਮੇਡ ਹੈ। ਇਹ ਆਪਣੀ ਹੀ ਮਟੀਰੀਅਲ 'ਚ ਤਿਆਰ ਹੁੰਦੀ। कोई मशीनरी नहीं तैयार की गई, जी जुत्ती बहुत ज्यादा बेस्ट क्वालिटी की मिल जानी वा। तो हम तुम हो जुतियां दिखाई दिखावे कि है तुम देख सकते हो। ये सारा मतलब कि सारा ऑल ओवर तिले का वर्क है तैयार होती है। ये मतलब कि साड़ी अपनी मैनुफैक्चर है। ये तुहानू हर तरह के डिजाइनर हर तरह की क्वालिटी मिल जाएगी। तुम ये नोक वाली भी आती है, नोक तो बिना भी आती है। एक साड़ी जुत्तियां पाती ने वर्क वाली, सारी हैंडमेड होंगे, प्योर लैदर च। ये तुहानू सारे कलरस मिल जाएंगे, हर कलर ब्लू रैड ग्रीन मजेंटा अवेलेबल, मतलब कि तैयार मिल जाएगी। ਤੇ ਜਿਹੜੀ ਜੁੱਤੀਆਂ ਇਹਨਾਂ ਦੀ ਗਰੰਟੀ ਵੀ ਹੁੰਦੀ ਕਿ ਨਹੀਂ ਗਰੰਟੀ ਹੁੰਦੀ ਇਹਨਾਂ ਦੀ? ਇਹ ਮਤਲਬ ਕਿ ਸਾਡੀਆਂ ਪ੍ਰੋਪਰ ਹੀ ਬਣਦੀਆਂ ਨੇ ਜੀ। ਇਹ ਮਤਲਬ ਕਿ ਅੱਛੀ ਕੁਆਲਿਟੀ ਦੀ ਹੁੰਦੀ ਹੈ। ਜਿਹੜੀਆਂ ਨਾਰਮਲ ਕੁਆਲਿਟੀ ਹੁੰਦੀਆਂ ਨੇ ਉਹ ਚੀਜ਼ਾਂ ਹੁੰਦੀਆਂ। ਇਸ ਵਾਰ ਇਹ ਪਲਾਸਟਿਕ ਸੋਲ ਹੁੰਦੀ ਹੈ। ਇਹ ਜਿਹੜੀ ਜੁੱਤੀ ਹੈ ਨਾ ਪ੍ਰੋਪਰ ਲੈਦਰ 'ਚ ਹੁੰਦੀ ਹੈ, ਇਹ ਸਾਰੀ ਹੈਂਡਮੇਡ ਹੁੰਦੀ ਹੈ। ਇਹਦੇ ਵਿੱਚ ਤਾਂ ਸਾਡੇ ਕੋਲ ਕਾਫੀ ਵੈਰਾਈਟੀ ਹੈ। ਜਿਵੇਂ ਕਿ ਤੁਹਾਨੂੰ ਦੱਸ ਰਹੇ ਸੀ ਕਿ ਜਿਹੜੀਆਂ ਸਾਰੀਆਂ ਜੁੱਤੀਆਂ ਸਾਰੀਆਂ ਹੈਂਡਮੇਡ ਪ੍ਰੋਪਰ ਵਧੀਆ ਕੁਆਲਿਟੀ ਦੀ ਬਣਾਈ ਜਾਂਦੀਆਂ, ਪਿਓਰ ਲੈਦਰ ਦੀ ਹੁੰਦੀਆਂ ਵਾ। ਕਿਤੇ ਗਰੰਟੀ ਦੀ ਗੱਲ ਹੀ ਨਹੀਂ ਆਉਂਦੀ, ਕਿਉਂਕਿ ਗਰੰਟੀ ਤਾਂ ਦੇ ਦੀ ਜੇ ਖਰਾਬ ਹੋ ਜਾਣੇ ਖਰਾਬ ਹੀ ਨਹੀਂ ਹੋਣਾ। ਇੱਕ ਜਿਹੜੀਆਂ ਨਾਰਮਲ ਜੁੱਤੀਆਂ ਹੁੰਦੀਆਂ ਪਲਾਸਟਿਕ 'ਚ ਹੁੰਦੀਆਂ, ਤੁਸੀਂ ਇਹ ਬਾਜ਼ਾਰੋਂ ਵੀ ਆਮ ਦੇਖ ਲੈਂਦੇ ਹੋਗੇ, ਇਹ ਛੇਤੀ ਖਰਾਬ ਹੀ ਹੋ ਜਾਂਦੀ ਹੈ, ਕੋਈ ਕਿਸੇ ਕੰਮ ਦੀਆਂ ਨਹੀਂ ਹੁੰਦੀਆਂ। ਪਰ ਜਿਹੜੀ ਇਹ ਜੁੱਤੀਆਂ ਵਾ ਇਹ ਸਾਰੀ ਹੈਂਡਮੇਡ ਅਤੇ ਲੈਦਰ ਦੀ ਬਣੀਆਂ। ਅਸੀਂ ਹੋਰ ਗੱਲ ਕਰਦੇ ਹਾਂ, ਹੋਰ ਜੁੱਤੀਆਂ ਦੇਖਦੇ ਹਾਂ ਕਿਵੇਂ ਦੀਆਂ। ਆਹ ਦੇਖੋ, ਟੋਪੇ ਦਾ ਵਰਕ ਹੈ। ਇਹ ਵੀ ਸਾਰੇ ਮਤਲਬ ਕਿ ਸਾਡੀ ਆਪਣੀ ਮੈਨੂਫੈਕਚਰ ਹੈ। ਇਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਡਿਜ਼ਾਈਨਰ 'ਚ ਮਿਲ ਜਾਣਗੇ। ਇਹ ਵੀ ਸਾਰਾ ਹੈਂਡਮੇਡ ਵਰਕ ਹੈ। ਇਹਦੇ ਵਿੱਚ ਅਵੇਲੇਬਲ 20 ਕਲਰਸ ਤਿਆਰ ਮਿਲਣਗੇ ਤੁਹਾਨੂੰ। ਇਹ 'ਚ ਪੀਚ ਹੈ, ਬਲੈਕ ਹੈ, ਰੈੱਡ ਹੈ, ਗ੍ਰੀਨ ਹੈ, ਸਾਰੇ ਅਵੇਲੇਬਲ ਕਲਰ ਮਿਲਣਗੇ ਤੁਹਾਨੂੰ ਸਾਰੇ। ਇਹ ਸਾਡੀ ਆਪਣੀ ਖੁਦ ਦੀਆਂ ਬਣਦੀਆਂ ਔਰ ਅੱਛੀ ਕੁਆਲਿਟੀ ਹੁੰਦੀ ਹੈ। ਇਹਦੇ ਵਿੱਚ ਤੁਹਾਨੂੰ ਮਤਲਬ ਕਿ ਮਿਰਰ ਵਰਕ ਮਿਲ ਜਾਣਗੇ, ਹਰ ਤਰ੍ਹਾਂ ਦੇ ਡਿਜ਼ਾਈਨਰ ਮਿਲ ਜਾਣਗੇ। ਫੈਂਸੀ ਜੁੱਤੀ ਮਿਲੇਗੀ, ਇਹਦੇ 'ਚ ਇੱਕ ਪਿਓਰ ਲੈਦਰ ਦੀ ਆਉਂਦੀ ਕੈਮਲ ਲੈਦਰ। ਫੁੱਲ ਕੈਮਲ ਲੈਦਰ, ਇਹ ਵੀ ਬਹੁਤ ਫਾਈਨ ਕੁਆਲਿਟੀ। ਇਹ ਸਾਡੇ ਕੋਲ ਮਤਲਬ ਕਿ ਹਰ ਤਰ੍ਹਾਂ ਦੀ ਅੱਛੀ ਕੁਆਲਿਟੀ ਬੱਚੇ ਦੇ ਜੁੱਤੀਆਂ, ਲੇਡੀਜ਼ ਜੈਂਟਸ, ਮਤਲਬ ਵਧੀਆ ਤੋਂ ਵਧੀਆ ਮਿਲਣਗੇ। ਇਹਦੇ ਵਿੱਚ ਪੰਜਾਬੀ ਕਲਚਰ 'ਚ ਲੈ ਕੇ ਅਤੇ ਪੰਜਾਬੀ ਲੋਕ ਵਾਲੀ ਜੁੱਤੀ ਆਉਂਦੀ, ਪੰਜਾਬੀ ਗੁੱਸਾ।
एक ट्रेडिशनल पंजाबी जुत्ती है जी, अपनी फेमस अमृतसरी जुत्ती है। ये सारा मतलब कि तिले का वर्क होंगे, ये भी प्योर लैदर चाहिए सर और अच्छी क्वालिटी के। ये सेम लेडीज मिल जाएंगे वो भी दिखा, ये थानू हर तरह की वरायटी मिल जाएगी। सारा तिले का वर्क होंगे, ये प्रॉपर लैदर चाहिए सर, बहुत फाइन क्वालिटी। अंकल ने दस्सिया कि जुत्तियों बारे कि सारिया जुत्तियां हैंडमेड तैयार की जाती, खुद की मैन्युफैक्चर आ। तो तुम एक एक जुत्ती बारे तुम मैं आप दसदा एक बार, जिहड़ियां सारिया जुत्तियां कैमल लैदर नाल तैयार की जाती, सारिया हैंडमेड आ, कोई देसी माल नहीं होना। तो जिहड़ी क्वालिटी आ डिजाइनिंग तक जिहड़ी एड्डी वधिया तरह बनाया गया वा, छोटी तो छोटा पॉइंट जो नोट किया गया वा। तो तुम आ देख सकते किन्ने सारे डिजाइन जिहड़े इत्थे तुहानूं मिल सकते आ, सारे डिजाइन सी आ जिन्ने सारे आ, इस तों वी वध डिजाइन तुहानूं मिल जाणगे। तुसीं देख सकते किन्ने सारे डिजाइन आ, किन्नी प्यारी डिजाइनिंग नाल बनाई गई, कि छोटा छोटा काम जो सारा हैंडमेड आ, सारा हैंड नाल किया गया वा। सब तो घैंट पंजाबी जुत्ती आ, ते सब तो वधिया गल है कि सारी प्योर लैदर आ, ते सारी जिहड़ी हैंडमेड तैयार की गई वा। तुसीं देख सकते डिजाइन मुक्कां दा नां तक नहीं लिया रहे। हुण जिहड़ी तुहानूं जुत्तियां दिखाई है सारी लेडीज़ सी, हुण तुहानूं जेंट्स दी दिखावांगे। वैसे ही शॉप में तुहानूं जेंट्स भी मिल जूगी, लेडीज़ दी ते बच्चों की भी तुहानूं जुत्तियां मिल सकदियां कि मिल ही जाणगियां। ते हुण तुहानूं सारियां जिहड़ी जुत्तियां वा जेंट्स दी दिखावांगे। हुण जेंट्स की पहली जुत्ती विच तुहानूं तुसीं आह देख सकते हो, इहदे बारे दस्सो जुत्ती बारे कुछ। इह भी फुल लैदर दे विच है जी सारी, इह भी मतलब कि सारी हैंडमेड है। इह इहनूं पंजाबी खुस्सा कहा जांदा जी, इह पार्टी वेयर जुत्ती हुंदियां ने, इह साडी अपनी तैयार हुंदी है फुल लैदर च। ਇਹਦੇ ਵਿੱਚ ਤੁਹਾਨੂੰ ਸਿੰਪਲ ਕਲਰ ਮਿਲ ਜਾਣਗੇ ਤਿੰਨ ਚਾਰ, ਇਹ ਬਿਲਕੁਲ ਨਿਊ ਸਟਾਈਲ ਹੈ, ਜੱਟ ਬਲੈਕ ਕਲਰ ਆ, ਇਹ ਮਤਲਬ ਪਿਓਰ ਲੈਦਰ 'ਚ ਹੈ। ਇਹਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਵਰਕ ਵਾਲੀ ਵੀ ਮਿਲ ਜਾਏਗੀ, ਉਹ ਵੀ ਤੁਹਾਨੂੰ ਮਿਲ। ਹਾਂਜੀ ਜੀ, ਮੈਂ ਜਿਹੜੀ ਜੈਂਟਸ ਜੁੱਤੀਆਂ ਉਹ ਵੀ ਤੁਹਾਨੂੰ ਇੱਥੇ ਮਿਲਦੀਆਂ ਵਾ। ਤੁਸੀਂ ਦੇਖ ਸਕਦੇ ਕਿੰਨੇ ਸਾਰੇ ਡਿਜ਼ਾਇਨ ਜੇ ਹੋਰ ਲੈ ਕੇ ਆ ਰਹੇ, ਤੁਹਾਨੂੰ ਸਾਰੇ ਇੱਕ ਇੱਕ ਕਰਕੇ ਦਿਖਾਉਂਦੇ ਹਾਂ। ਅਤੇ ਜਿਹੜੀ ਸਾਰੀਆਂ ਜਿੰਨੀਆਂ ਤੁਹਾਨੂੰ ਇੱਥੇ ਜੁੱਤੀਆਂ ਮਿਲਣਗੀਆਂ, ਸਾਰੀਆਂ ਹੈਂਡਮੇਡ, ਖੁਦ ਦੀ ਮੈਨੂਫੈਕਚਰ ਹੋਣੀ ਹੈ, ਸਾਰੀਆਂ ਪਿਓਰ ਲੈਦਰ ਦੀ ਹੋਣੀਆਂ ਵਾ। ਅਤੇ ਤੁਹਾਨੂੰ ਦਿਖਾਉਂਦੇ ਹਾਂ ਇੱਕ ਤਿੱਲੇ ਦੇ ਵਰਕ ਦੇ ਵਿੱਚ ਨੇ, ਇਸ ਤਰ੍ਹਾਂ ਵੀ ਹੈਂਡਮੇਡ ਹੈ ਵੀ ਸਾਰਾ ਵਰਕ ਹੈ। ਇਹ ਮਤਲਬ ਪਾਰਟੀ ਵਿੱਚ ਜੁੱਤੀਆਂ ਹੁੰਦੀਆਂ ਨੇ, ਇਹ ਕਿਆ ਬੱਚੇ ਦੀ ਜੁੱਤੀ ਆਉਂਦੀ ਇਹਦੇ 'ਚ, ਮਤਲਬ ਕਿ 12-13-14 ਸਾਲ ਦੇ ਬੱਚੇ ਤੱਕ। ਇਹ ਵੀ ਸਾਰੇ ਤਿੱਲੇ ਦਾ ਵਰਕ ਹੈਗਾ ਸਰ, ਇਹ ਵੀ ਪਿਓਰ ਲੈਦਰ 'ਚ ਹੈ। ਇਹਦੇ ਵਿੱਚ ਤੁਹਾਨੂੰ ਸਾਰੇ ਸਮਾਲ ਸਾਈਜ਼ ਵੀ ਮਿਲਣਗੇ, ਮਤਲਬ ਕਿ ਬੱਚੇ ਦੇ ਸਾਈਜ਼ ਵੀ ਆਉਂਦੇ ਇਹਦੇ 'ਚ, ਅਤੇ ਸਾਡੇ ਕੋਲ ਅਵੇਲੇਬਲ ਤਿਆਰ ਹੁੰਦੀਆਂ ਨੇ ਛੋਟੇ ਤੋਂ ਲੈ ਕੇ ਅਤੇ ਵੱਡੇ ਸਾਈਜ਼ ਤੱਕ। ਇਹ ਵੀ ਸਾਰੀ ਹੈਂਡਮੇਡ ਹੈ, ਆਪਣੇ ਕੋਲ ਇਹਦੇ ਵਿੱਚ ਬ੍ਰਾਈਡਲ ਲੁੱਕ 'ਚ ਵੀ ਮਿਲ ਜਾਣਗੀਆਂ ਤੁਹਾਨੂੰ, ਜਿਸ ਤਰ੍ਹਾਂ ਕਿ ਵਿਆਹ ਸ਼ਾਦੀ ਵਾਸਤੇ। ਇਹ ਆਪਣੇ ਕੋਲ ਬ੍ਰਾਈਡਲ ਲੁੱਕ 'ਚ ਹੈ, ਇਹ ਮਤਲਬ ਕਿ ਮੈਰਿਜ ਵਾਸਤੇ ਹੁੰਦੀਆਂ, ਇਹ ਸ਼ੇਰਵਾਨੀ ਨਾਲ ਮਤਲਬ ਕਿ ਪਾਈ ਜਾਂਦੀਆਂ ਨੇ। ਇਹ ਵੀ ਫੁੱਲ ਲੈਦਰ ਦੇ ਵਿੱਚ ਹੈਗੇ ਨੇ, ਇਹ ਵੀ ਸਾਡੀ ਆਪਣੀ ਹੀ ਤਿਆਰ ਹੁੰਦੀ ਹੈ। ਔਰ ਸਭ ਨੂੰ ਅੱਛਾ ਮਟੀਰੀਅਲ ਲਗਾਈਦਾ ਕਿ ਜਿਹੜਾ ਸਾਡੇ ਕੋਲ ਕਸਟਮਰ ਆਵੇ ਦੁਬਾਰਾ ਵੀ ਆਵੇ। ਇਹ ਮਤਲਬ ਕਿ ਸਾਡੇ ਕੋਲ ਵਰਲਡ ਵਿੱਚ ਤੱਕ ਲਿੱਤੇ ਜਾਂਦੀਆਂ, ਮਤਲਬ ਕਿ ਪੂਰੇ ਪੰਜਾਬ ਦੇ ਕਸਟਮਰ ਆਉਂਦੇ ਆ, ਮਹਾਰਾਸ਼ਟਰ ਦੇ, ਬੰਬੇ ਦੇ, ਗੁਜਰਾਤ ਦੇ, ਅਹਿਮਦਾਬਾਦ ਦੇ, ਰਾਜਸਥਾਨ, ਤਕਰੀਬਨ ਬਹੁਤ ਕਸਟਮਰ ਆਉਂਦੇ ਆ। ਮਤਲਬ ਅੱਛੀ ਕੁਆਲਿਟੀ ਦੇ ਦਈਦੀ ਹੈ ਕਿ ਜਿਹੜਾ ਕੋਈ ਨੈਕਸਟ ਟਾਈਮ ਵੀ ਇੱਥੇ ਆਉਂਦਾ। ਅਤੇ ਤੁਸੀਂ ਮੈਨੂੰ ਬਹੁਤ ਸਾਰੀਆਂ ਜੁੱਤੀਆਂ ਦਿਖਾਤੀਆਂ, ਅਤੇ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਇੱਥੇ ਤੱਕ ਕਿਸੇ ਨੇ ਆਉਣਾ ਹੋਵੇ ਤਾਂ ਕਿਵੇਂ ਪਹੁੰਚ ਸਕਦੇ, ਜਾਂ ਤੁਹਾਡਾ ਕੰਟੈਕਟ ਕਿਵੇਂ ਕਰ ਸਕਦੇ ਆ? ਆਪਣਾ ਐਡਰੈਸ ਦੱਸ ਦਿਓ। ਹਾਂਜੀ, ਐਡਰੈਸ ਹੈਗਾ ਜੀ ਮੇਰਾ ਮੋਚੀ ਬਾਜ਼ਾਰ, ਨੀਅਰ ਗੋਲਡਨ ਟੈਂਪਲ। ਮੇਰੇ ਦੋ ਸ਼ੋਪਸ ਨੇ, ਇੱਕ ਮੇਰੇ ਬੇਟੇ ਦੇ ਨਾਮ 'ਤੇ ਹੈ ਗਗਨ ਪੰਜਾਬੀ ਜੁੱਤੀ ਸਟੋਰ, ਇੱਕ ਮੇਰਾ ਛੋਟਾ ਬੇਟਾ ਉਹਦਾ ਨਾਮ ਹੈ ਪ੍ਰਿੰਸ ਪੰਜਾਬੀ ਜੁੱਤੀ ਸਟੋਰ। ਇਹ ਦੋ ਸ਼ੋਪਸ ਨੇ ਮੇਰੀਆਂ, ਔਰ ਮੇਰਾ ਕੰਟੈਕਟ ਨੰਬਰ ਹੈ 6283-21-278। ਔਰ ਮੇਰੇ ਕੋਲ ਹਰ ਤਰ੍ਹਾਂ ਦੀ ਅਵੇਲੇਬਲ ਵਰਾਇਟੀ ਮਿਲੇਗੀ ਤੁਹਾਨੂੰ, ਨੀਅਰ ਮੋਚੀ ਬਾਜ਼ਾਰ ਹੈਗਾ। ਔਰ ਬਿਲਕੁਲ ਦੋ ਸ਼ੋਪਸ ਨੇ ਆਪਣੀਆਂ ਅਲੱਗੋ ਅਲੱਗ, ਗਗਨ ਪੰਜਾਬੀ ਜੁੱਤੀ ਸਟੋਰ ਔਰ ਪ੍ਰਿੰਸ ਪੰਜਾਬੀ ਜੁੱਤੀ ਸਟੋਰ, ਨੀਅਰ ਗੁਰੂ ਤੇਗ ਬਹਾਦਰ ਕਾਲਜ ਦੇ। ਆਣ ਕੇ ਕਿਸੇ ਨੂੰ ਵੀ ਪੁੱਛ ਲਓ ਕਿ ਨਿੱਕ ਨੇਮ ਭੋਲੇ ਦੀ ਦੁਕਾਨ 'ਤੇ ਜਾਣਾ, ਠੀਕ ਹੈ ਜੀ? ਅਤੇ ਇੱਥੇ ਜਿਹੜੀ ਪੇਮੈਂਟ ਆ ਉਹ ਕੈਸ਼ ਨਾ ਜਾਂ ਔਨਲਾਈਨ ਵੀ ਹੈ? ਔਨਲਾਈਨ ਵੀ ਹੈ ਜੀ ਸਰ, ਸਾਰਾ ਆਪਣੇ ਕੋਲ ਮਤਲਬ ਕਿ ਕਾਰਡ ਸਿਸਟਮ ਹੈ, ਔਨਲਾਈਨ ਵੀ ਹੈ, ਕੈਸ਼ ਵੀ ਹੈ, ਮਤਲਬ ਕਿ ਹਰ ਤਰ੍ਹਾਂ ਦੀ ਸੁਵਿਧਾ ਤੁਹਾਨੂੰ ਇੱਥੇ ਮਿਲੇਗੀ। ਅਤੇ ਜਿਹੜੀ ਇੱਥੇ ਜੁੱਤੀ ਦੀ ਪ੍ਰਾਈਸਿੰਗ ਰੇਂਜ ਆ, ਕਿੱਥੋਂ ਤੱਕ ਸਟਾਰਟਿੰਗ ਜਾਂ ਕੀ ਆ? ਦੇਖੋ ਜੀ, ਜਿਹੜੀ ਅੱਛੀ ਕੁਆਲਿਟੀ ਹੈ 200 ਤੋਂ ਲੈ ਕੇ ਅਤੇ ਮੇਰੇ ਕੋਲ 2500 ਰੁਪਏ ਤੱਕ ਜੁੱਤੀ ਹੈ ਜਿਹੜੀ ਅਵੇਲੇਬਲ ਤੁਹਾਨੂੰ ਮਿਲ ਜਾਏਗੀ। ਹਾਂਜੀ, ਸਾਰਾ ਫਿਕਸ ਪ੍ਰਾਈਜ਼ ਹੈ ਜੋ ਲੈਸ ਵੀ ਕਰ ਲੈਂਦੇ? ਬਿਲਕੁਲ, ਸਾਡੇ ਚੀਪ ਪ੍ਰਾਈਜ਼ ਹੁੰਦੇ ਜੀ, ਮਤਲਬ ਕਿ ਕੋਈ ਇਹੋ ਜਿਹੀ ਬਾਰਕਿੰਗ ਵਾਲਾ ਕੋਈ ਕੰਮ ਨਹੀਂ ਹੁੰਦਾ। ਹਾਂਜੀ, ਬਾਹਰ ਦੇ ਜਿਵੇਂ ਤੁਸੀਂ ਦੇਖ ਸਕਦੇ ਸ਼ੋਪ 'ਤੇ ਹਾਈ ਫਾਈ ਰੇਟ ਵੀ, ਤੁਸੀਂ ਮੋਲ ਤੱਕ ਚਲ ਜਾਓਗੇ ਉੱਥੇ ਵੀ ਬਹੁਤ ਜ਼ਿਆਦਾ ਮਹਿੰਗੀਆਂ ਜੁੱਤੀਆਂ ਤੁਹਾਨੂੰ ਇਹੀ ਮਿਲਣੀਆਂ ਵਾ, ਤੋਂ ਲੈ ਕੇ ਜਾਂਦੇ ਆ, ਉੱਥੇ ਜਾ ਕੇ ਹਾਈ ਟੈਕ ਹਾਈ ਬ੍ਰਾਂਡ ਲਾ ਕੇ ਬਹੁਤ ਮਹਿੰਗੀਆਂ ਦਿੰਦੇ। ਤੁਸੀਂ ਇਸ ਤੋਂ ਚੰਗਾ ਇੱਦਾਂ ਸ਼ੋਪਸ ਤੋਂ ਖਰੀਦੋ ਜਿਹੜਾ ਨੀਅਰ ਦਰਬਾਰ ਸਾਹਿਬ ਲੱਗੇ। ਦੇਖੋ ਕਿੰਨੀ ਵਧੀਆ ਜੁੱਤੀਆਂ ਲੁੱਕ ਆ, ਕਾਫੀ ਸਾਰੀਆਂ ਲੱਗੀਆਂ ਸ਼ੋਪ, ਸਾਰੀ ਜੁੱਤੀਆਂ ਨੇ ਭਰੀ, ਅੰਦਰ ਸਟੋਰ ਰੂਮ 'ਚ ਵੀ ਜੁੱਤੀਆਂ ਲੱਗੀਆਂ।
ਇਹ ਦੇਖੋ ਇਹ ਵੀ ਸਾਡੀ ਆਪਣੀ ਹੀ ਤਿਆਰ ਹੁੰਦੀ ਹੈ। ਇਹ ਸਾਰਾ ਬਾਈ ਹੈਂਡ ਵਰਕ ਹੈ, ਇਹ ਬਿਲਕੁਲ ਬਹੁਤ ਬਰੀਕੀ ਨਾਲ ਕੰਮ ਕੀਤਾ ਜਾਂਦਾ। ਔਰ ਇਹ ਵੀ ਸਾਰੀ ਫੁੱਲ ਲੈਦਰ 'ਚ ਹੈ, ਇਹਦੇ ਵਿੱਚ ਤੁਹਾਨੂੰ ਅਵੇਲੇਬਲ 7-8 ਕਲਰ ਮਿਲ ਜਾਣਗੇ, ਜਿਸ ਤਰ੍ਹਾਂ ਕਾਪਰ ਹੋ ਗਿਆ, ਪਿੰਕ ਹੋ ਗਿਆ, ਵਾਈਟ ਹੋ ਗਿਆ, ਬਲੈਕ ਹੋ ਗਿਆ, ਮਤਲਬ ਕਿ ਹਰ ਤਰ੍ਹਾਂ ਦੀ ਅਵੇਲੇਬਲ ਤੁਹਾਨੂੰ ਤਿਆਰ ਮਿਲਣਗੀਆਂ। ਇਹਦੇ ਵਿੱਚ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ, ਜਿਸ ਤਰ੍ਹਾਂ 3 ਤੋਂ ਲੈ ਕੇ 9 ਨੰਬਰ ਤੱਕ ਸਾਈਜ਼ ਮਿਲਣਗੇ ਤੁਹਾਨੂੰ, ਮਤਲਬ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਸਾਈਜ਼ ਤੁਹਾਨੂੰ ਇੱਥੇ ਅਵੇਲੇਬਲ ਮਿਲੇਗਾ। ਲੈ ਕੇ ਸਾਡੇ ਕੋਲ ਮਤਲਬ ਕਿ ਬਾਹਰ ਦੇ ਫੋਰਨਰ ਕਸਟਮਰ ਆਉਂਦੇ ਆ, ਜਿਸ ਤਰ੍ਹਾਂ ਮੇਰੇ ਕੋਲ ਇੱਕ ਫੈਮਿਲੀ ਆਈ ਸੀ ਡੈਨਮਾਰਕ ਤੋਂ, ਔਰ ਉਹਨਾਂ ਨੇ ਮੇਰੇ ਕੋਲ ਪਰਚੇਸਿੰਗ ਕੀਤੀ ਸੀ ਔਰ ਕਾਫੀ ਜੋੜੇ ਮੇਰੇ ਕੋਲ ਲੈ ਕੇ ਗਏ ਨੇ। ਮਤਲਬ ਕਿ ਕਹਿਣ ਦਾ ਭਾਵ ਹੈ ਕਿ ਬਹੁਤ ਅੱਛੀ ਉਹਨਾਂ ਨੂੰ ਵਰਾਇਟੀ ਦਿਖਾਈ ਔਰ ਉਹਨਾਂ ਨੂੰ ਬਹੁਤ ਪਸੰਦ ਆਇਆ ਕਿ ਸਾਡੇ ਕਲਚਰ ਨਾਲ ਉਹ ਜੁੜੇ ਨੇ। ਹਾਂਜੀ, ਅਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਇੱਥੇ ਜਿਹੜੇ ਕਸਟਮਰ ਆ ਉਹ ਲੋਕਲ ਨੇ, ਬਾਹਰ ਦੇ ਵੀ ਆਉਂਦੇ ਨੇ, ਇੰਟਰਨੈਸ਼ਨਲ ਵੀ ਇੱਥੇ ਕਸਟਮਰ ਆ ਚੁੱਕੇ ਨੇ। ਤੁਸੀਂ ਆਪੇ ਸੋਚੋ, ਇੰਟਰਨੈਸ਼ਨਲ ਜਿਹੜੇ ਲੋਕ ਉਹ ਵੀ ਇੱਥੋਂ ਦੀ ਜੁੱਤੀਆਂ ਖਰੀਦ ਰਹੇ ਆ, ਤਾਂ ਤੁਸੀਂ ਇੱਕ ਵਾਰੀ ਇੱਥੇ ਆ ਕੇ ਜ਼ਰੂਰ ਕੰਟੈਕਟ ਕਰੋ ਕਿਵੇਂ ਦੀਆਂ ਜੁੱਤੀਆਂ ਇੱਥੇ ਪਾਈ ਜਾਂਦੀਆਂ। ਕਿਸੇ ਨੇ ਬਾਹਰ ਔਡਰ ਕਰਨਾ ਹੋਵੇ ਤੁਹਾਨੂੰ, ਤਾਂ ਕੀ ਤੁਸੀਂ ਇਹਨੂੰ ਪਾਰਸਲ ਕਰ ਸਕਦੇ ਹੋ? ਹਾਂਜੀ ਹਾਂਜੀ, ਸਾਡੇ ਬਿਲਕੁਲ ਕੋਰੀਅਰ ਜਾਂਦੇ ਆ ਜੀ। ਮਤਲਬ ਕਿ ਇਹ ਮੇਰਾ ਵਟਸਐਪ ਨੰਬਰ ਹੈਗਾ 6283-21278, ਉਹ ਵਟਸਐਪ ਦੇ ਵਿੱਚ ਤੁਹਾਨੂੰ ਡਿਜ਼ਾਈਨ ਸੈਂਡ ਕਰਾਂਗੇ, ਜਿਹੜਾ ਵੀ ਤੁਹਾਨੂੰ ਪਸੰਦ ਆਏਗਾ ਉਹ ਅਸੀਂ ਕੋਰੀਅਰ ਕਰਕੇ ਤੁਹਾਨੂੰ ਮਤਲਬ ਕਿ ਭੇਜ ਦਾਂਗੇ, ਔਰ ਤੁਸੀਂ ਸਾਡੇ ਅਕਾਊਂਟ ਦੇ ਵਿੱਚ ਪੈਸੇ ਪਾ ਸਕਦੇ ਹੋ। ਮੀਨਸ ਕਿ ਤੁਸੀਂ ਨੈੱਟ ਬੈਂਕਿੰਗ ਥਾਣੇ ਕੋਈ ਵੀ ਔਨਲਾਈਨ ਪੇਮੈਂਟ ਕਰਕੇ ਤੁਸੀਂ ਆਪਣੀ ਜੁੱਤੀਆਂ ਵਗੈਰਾ ਕੋਈ ਵੀ ਜਿਹੜਾ ਸਮਾਨ ਆ ਮੰਗਾ ਸਕਦੇ ਹੋ, ਅਤੇ ਜਿਹੜੀ ਕੁਆਲਿਟੀ ਬੈਸਟ ਹੋ ਗਈ, ਬੈਸਟ ਤੋਂ ਬੈਸਟ ਮਿਲੂਗੀ, ਅਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰੋ, ਤੁਹਾਨੂੰ ਕਿਵੇਂ ਦਾ ਲੱਗਦਾ। ਕਾਰਡ ਦੇਖ ਸਕਦੇ ਹੋ ਜਿਹੜਾ ਇੱਥੋਂ ਦਾ ਐਡਰੈਸ ਪੂਰਾ ਲਿਖਿਆ ਹੋਇਆ, ਪਰ ਫੋਨ ਨੰਬਰ ਤੱਕ ਮੈਨਸ਼ਨ ਆ, ਇੱਕ ਵਾਰੀ ਵੀ ਦੇਖ ਲਿਓ। ਆਹ ਜਿਹੜੀ ਸ਼ੋਪ ਆ, ਆਹ ਸੈਕਿੰਡ ਜਿਹੜੀ ਸ਼ੋਪ, ਉਹ ਵਾਲੀ ਸ਼ੋਪ ਦਿਖਾ ਰਿਹਾ, ਅਤੇ ਹੁਣ ਆਹ ਸ਼ੋਪ ਦੇ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਹੋਰ ਕੀ ਇੱਥੇ ਦਾ ਸਮਾਨ ਮਿਲਦਾ। ਤਾਂ ਚਲੋ ਜਾਂਦੇ ਹਾਂ ਅੰਦਰ ਸ਼ੋਪ ਦੇ, ਅਤੇ ਸ਼ੋਪ ਦੇ ਪਹਿਲੇ ਨਜ਼ਰ ਤੁਸੀਂ ਦੇਖ ਸਕਦੇ ਹੋ ਬਾਹਰ ਹੀ ਡਿਸਪਲੇ 'ਤੇ ਕਾਫੀ ਸਾਰੀ ਪੰਜਾਬੀ ਜੁੱਤੀਆਂ ਰੱਖੀਆਂ ਹੋਈਆਂ ਨੇ। ਤੁਸੀਂ ਦੇਖ ਸਕਦੇ ਕਾਫੀ ਸੁੰਦਰ, ਕਾਫੀ ਵਧੀਆ ਕੁਆਲਿਟੀ ਦੀਆਂ ਜੁੱਤੀਆਂ, ਡਿਜ਼ਾਇਨ ਵੀ ਵੱਖ ਵੱਖ, ਅਤੇ ਆਹ ਵਾਲੀ ਜਿਹੜੀ ਹੈ ਵੀ ਫੁੱਲ ਲੈਦਰ ਦੀ ਤਿਆਰ ਕੀਤੀ ਗਈ ਆ, ਅਤੇ ਬਹੁਤ ਵਧੀਆ ਬੈਸਟ ਕੁਆਲਿਟੀ ਦੀ ਜੁੱਤੀ ਬਣਾਈ ਗਈ ਹੈ, ਅਤੇ ਹੋਰ ਵੀ ਇਹਦੇ ਡਿਜ਼ਾਇਨ ਜਿਹੜੇ ਕਲਰਸ ਬੜੇ ਜ਼ਿਆਦਾ ਰੈਡੀ ਮਿਲਣਗੇ। ਆਵੇ ਤਾਂ ਡਿਜ਼ਾਇਨ ਵੀ ਬਹੁਤ ਜ਼ਿਆਦਾ ਸੋਹਣਾ ਵਾ, ਅਤੇ ਤੁਸੀਂ ਦੇਖੋ ਆਹ ਜਿਹੜਾ ਸੈਂਡਲ ਟਾਈਪ ਪੰਜਾਬੀ ਜੁੱਤੀ ਬਣਾਈ ਹੈ, ਮਾਡਰਨ ਸੈਂਡਲ ਅਤੇ ਪੰਜਾਬੀ ਜੁੱਤੀ ਲੁੱਕ ਨੂੰ ਮਿਕਸ ਕਰਕੇ ਤਿਆਰ ਕੀਤੇ ਗਏ ਇਹ ਸੈਂਡਲ, ਅਤੇ ਇਹ ਵੀ ਬਹੁਤ ਵਧੀਆ ਕੁਆਲਿਟੀ, ਸਾਰੇ ਲੈਦਰ ਦੇ ਤਿਆਰ ਕੀਤੇ ਆ, ਅਤੇ ਹੋਰ ਵੀ ਡਿਜ਼ਾਇਨ 'ਚ ਮਿਲ ਜਾਣਗੇ। ਆਹ ਵਾਲਾ ਇੱਕ ਹੋਰ ਡਿਜ਼ਾਇਨ ਆ ਬਲੈਕ ਅਤੇ ਗੋਲਡਨ ਕਲਰ 'ਚ, ਦੇਖ ਸਕਦੇ ਹੋ। ਆਹ ਇੱਕ ਹੋਰ ਡਿਜ਼ਾਇਨ ਵਿੱਚ ਸਲਿੱਪਰ ਟਾਈਪ ਪੰਜਾਬੀ ਜੁੱਤੀ ਆ ਜਾਂਦੀ ਆ, ਅਤੇ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ 'ਚ ਡਿਜ਼ਾਇਨ ਤੁਹਾਨੂੰ ਮਿਲ ਸਕਦੇ ਆ। ਤਾਂ ਇੱਕ ਹੋਰ ਬੱਚਿਆਂ ਵਾਸਤੇ ਵੀ ਪੰਜਾਬੀ ਜੁੱਤੀ ਆ, ਤਿੱਲੇ ਆ ਸਾਰੀ ਤਿਆਰ ਕੀਤੀ ਗਈ ਆ। ਤਾਂ ਬਸ ਇੰਨਾ ਕਿ ਸਟੋਕ ਤਾਂ ਕਾਫੀ ਆ, ਬਸ ਇੰਨਾ ਕਿ ਤੁਹਾਨੂੰ ਅੱਜ ਦੀ ਵੀਡੀਓ ਸੀ। ਤਾਂ ਚਲੋ, ਤਾਂ ਅੱਜ ਦਾ ਵਲੌਗ ਬਸ ਇੰਨਾ ਹੀ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ, ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਸਾਰਾ ਸਮਾਨ ਮਿਲ ਜੂਗਾ, ਅਤੇ ਕਮੈਂਟ ਕਰਕੇ ਜ਼ਰੂਰ ਜੀ ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ, ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ। ਮਿਲਦੇ ਹਾਂ ਨੈਕਸਟ ਵਲੌਗ 'ਚ।